ਸਤਿ ਸ਼੍ਰੀ ਅਕਾਲ ਅਤੇ ਅਸਲਾਮ ਵਾਲੇਕਮ ਜੀ। ਮੈਂ ਅੱਜ ਮੌਜੂਦ ਹਾਂ ਜੀ, ਪਿੰਡ ਦਾ ਨਾਂ ਹੈ ਤੱਗੜ ਕਲਾਂ, ਤਹਿਸੀਲ ਮਕੇਰੀਆਂ ਅਤੇ ਜ਼ਿਲ੍ਹਾ ਹੁਸ਼ਿਆਰਪੁਰ। ਮਕੇਰੀਆਂ ਸ਼ਹਿਰ ਦੇ ਬਿਲਕੁਲ ਲਹਿੰਦੇ ਵੱਲ ਦਰਿਆ ਬਿਆਸ ਦੇ ਕੰਢੇ ਵਸਿਆ ਹੋਇਆ ਹੈ ਪਿੰਡ ਤੱਗੜ ਕਲਾਂ। ਇਸ ਦੀ ਤਹਿਸੀਲ ਮਕੇਰੀਆਂ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਹੈ। ਥਾਣਾ ਵੀ ਮਕੇਰੀਆਂ ਹੈ। ਵੰਡ 1947 ਤੋਂ ਪਹਿਲਾਂ ਇਹ ਪਿੰਡ ਸਾਰਾ ਮੁਸਲਮਾਨਾਂ ਦਾ ਸੀ। ਇਹ ਕਈ ਵਾਰ ਕਈ ਵੀਡੀਓ ਥੱਲੇ ਅਸੀਂ ਕਮੈਂਟ ਪੜ੍ਹੇ ਨੇ, ਜਿਨ੍ਹਾਂ ਵਿੱਚ ਰਿਕੁਐਸਟ ਕੀਤੀ ਜਾਂਦੀ ਹੈ ਕਿ ਸਾਨੂੰ ਤੱਗੜ ਕਲਾਂ ਵਿਖਾਓ, ਸਾਡਾ ਪਿੰਡ ਤੱਗੜ ਕਲਾਂ ਅਤੇ ਤੱਗੜ ਖੁਰਦ ਸੀ। ਅਤੇ ਉਸੇ ਸਿਲਸਿਲੇ ਵਿੱਚ ਅੱਜ ਉੱਧਰੋਂ ਲੰਘ ਰਹੇ ਸਾਂ ਅਤੇ ਚਲੋ ਸੋਚਿਆ ਕਿ ਪਿੰਡ ਫਿਲਮਾਇਆ ਜਾਵੇ ਅਤੇ ਤੱਗੜ ਕਲਾਂ ਸਭ ਨੂੰ ਵਿਖਾਇਆ ਜਾਵੇ। ਅਤੇ ਸਾਹਮਣੇ ਸਕੂਲ, ਸਰਕਾਰੀ ਹਾਈ ਸਮਾਰਟ ਸਕੂਲ ਤੱਗੜ ਕਲਾਂ, ਪਿੰਡ ਦੇ ਬਿਲਕੁਲ ਦੱਖਣ ਸਾਈਡ, ਦੱਖਣ ਔਰ ਚੜ੍ਹਦੀ ਦੀ ਗੁੱਟ 'ਤੇ ਬਹੁਤ ਹੀ ਖੂਬਸੂਰਤ ਸਰਕਾਰੀ ਸਕੂਲ ਹੈ। ਅਤੇ ਮੈਂ ਪਹੁੰਚ ਗਿਆ ਜੀ ਪਿੰਡ ਤੱਗੜ ਕਲਾਂ ਦੇ ਬਿਲਕੁਲ ਵਿਚਕਾਰ। ਖੁੱਲ੍ਹੀਆਂ ਅਤੇ ਸਾਫ਼ ਸੁਥਰੀਆਂ ਗਲੀਆਂ ਪਿੰਡ ਤੱਗੜ ਕਲਾਂ, ਅਤੇ ਇੱਥੇ ਸਾਹਮਣੇ ਨਜ਼ਰ ਆ ਰਿਹਾ ਬੋਰਡ, ਧੰਨ ਧੰਨ ਬਾਬਾ ਰੋਡੇ ਸ਼ਾਹ ਜਹਾਨ ਵਾਲੇ ਪੀਰ ਜੀ। ਤੋ ਪੀਰ ਦੀ ਦਰਗਾਹ ਹੈ ਅਤੇ ਪੀਰ ਦੀ ਦਰਗਾਹ ਦੇ ਬਿਲਕੁਲ ਗੇਟ ਦੇ ਸਾਹਮਣੇ ਇੱਕ ਟਾਂਗਾ ਤਿਆਰ ਹੋ ਰਿਹਾ, ਪੋਲਿਸ਼ ਹੋ ਰਿਹਾ, ਰੰਗ ਉਹਨੂੰ ਕੀਤਾ ਜਾ ਰਿਹਾ ਨਵਾਂ। ਸਾਡੀ ਪੁਰਾਣੀ ਵਿਰਾਸਤ, ਸਫ਼ਰ ਦਾ ਸਾਧਨ ਟਾਂਗਾ। ਅਤੇ ਟਾਂਗੇ ਵਾਲੇ ਨਾਲ ਬਾਅਦ ਵਿੱਚ ਗੱਲ ਕਰਾਂਗੇ, ਪਹਿਲਾਂ ਤੁਹਾਨੂੰ ਕਰਾਵਾਂਗੇ ਅਸੀਂ ਪੀਰ ਦੇ ਦਰਬਾਰ ਦੇ ਦਰਸ਼ਨ। ਅਤੇ ਇਹ ਜਿਹੜੀ ਗਲੀ ਹੈ ਇਹਦਾ ਤੁਹਾਨੂੰ ਵਿਊ ਵਿਖਾ ਰਿਹਾ ਮੈਂ। ਬਿਲਕੁਲ ਪਿੰਡ ਦੇ ਵਿਚਕਾਰ ਗਲੀ ਹੈ ਅਤੇ ਬਹੁਤ ਖੂਬਸੂਰਤ ਦਰਬਾਰ, ਖੁੱਲ੍ਹਾ ਕੰਪਲੈਕਸ। ਅਤੇ ਆਓ ਚੱਲਦੇ ਹਾਂ ਪੀਰ ਦੇ ਦਰਬਾਰ ਦੇ ਅੰਦਰ ਅਤੇ ਕਰਾਉਂਦੇ ਹਾਂ ਤੁਹਾਨੂੰ ਪੀਰ ਦੇ ਦਰਬਾਰ ਦੇ ਦਰਸ਼ਨ। ਜਿੱਥੇ ਜਨਮ ਹੋਇਆ ਸਾਡੇ ਵੱਡਿਆਂ ਦਾ,
ਧਰਤੀ ਪਾਕ ਵਿਖਾਈ ਰੱਖਦਾ ਕੀ ਖੋਲਦਾ ਤਾਲਾ ਲੱਗਾ ਸੁਣਾਉਣ ਵਾਸਤੇ ਹੈ ਨਾ ਸਾਡਾ ਦੇਸ਼ ਪੰਜਾਬ ਮੁਸਾਫਿਰਾ ਓਏ ਪੁਰਾਣੀ ਦੇਰੀ ਮੇਲਾ ਕਦੋਂ ਲੱਗਦਾ ਇੱਥੇ ਅੱਛਾ ਜੀ ਨਲਕਾ ਬੜਾ ਪੁਰਾਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਤੇ ਮਹਾਰਾਜ ਟਾਂਗਾ ਕਦੇ ਵਾਸਤੇ ਤਿਆਰ ਕਰ ਰਹੇ ਹੋ ਜੀ ਆਪਣੇ ਘਰ ਵਾਸਤੇ ਜੀ ਕੰਮ ਵਾਸਤੇ ਅਤੇ ਸਵਾਰੀ ਵਾਸਤੇ ਨਹੀਂ ਸਵਾਰੀ ਕਿੱਥੇ ਚੜ੍ਹਦੀ ਹੈ ਹੁਣ ਭਾਅ ਜੀ ਇਹਦੇ ਵਿੱਚ ਅੱਛਾ ਜੀ ਅਤੇ ਆਪਣੇ ਘਰ ਵਾਸਤੇ ਜੀ ਇਸ ਸ਼ਹਿਰ ਜਾਣਾ ਕਰਨਾ ਕਿ ਪਿੰਡ 'ਚ ਘੁੰਮਣਾ ਕਰਨਾ ਨਹੀਂ ਨਹੀਂ ਸ਼ਹਿਰ ਵੀ ਆਏਗਾ ਵਾਹ ਅੱਛਾ ਘੋੜੀ ਰੱਖੀ ਹੈ ਅਤੇ ਟਾਂਗਾ ਪੁਰਾਣਾ ਹੀ ਸੀ ਕਿ ਨਵਾਂ ਬਣਵਾਇਆ ਨਹੀਂ ਨਹੀਂ ਚੱਲਦਾ ਹੀ ਗਿਆ ਹੈ ਜੀ ਅੰਮ੍ਰਿਤਸਰੋਂ ਲਿਆਂਦਾ ਅੰਮ੍ਰਿਤਸਰੋਂ ਲਿਆਂਦਾ ਸੀ ਕੌਣ ਦਾ ਆਉਂਦਾ ਸੀ ਅੱਛਾ ਹੁਣ ਲੱਗੇ ਉਹਨੂੰ ਪੇਂਟ ਕਰਨ ਵਾਹ ਉਹੀ ਪੁਰਾਣਾ ਮਾਡਲ ਹੋਇਆ ਉਹੀ ਪੁਰਾਣਾ ਡਿਜ਼ਾਇਨ ਵਾਹ ਜੀ ਵਾਹ
ਸਸਿਕਾਲ ਸਸਿਕਾਲ ਸੁਣਾਓ ਠੀਕ ਠਾਕ ਹੈ ਵਾਹ ਜੀ ਵਾਹ ਹਾਂਜੀ ਲੱਗੇ ਹੋਏ ਹੈ ਗੁੱਡ ਬਜੋ ਪਾਈ ਬਣ ਲਿਓ ਬਸ ਮਿਹਰਬਾਨੀ ਜੀ ਇਹ ਪਿੰਡ ਦਾ ਨਾਮ ਹੈ ਤੱਗੜ ਕਲਾਂ ਹੈ ਤੱਗੜ ਕਲਾਂ ਤੇ ਤੱਗੜ ਖੁਰਦ ਵੀ ਹੈ ਉਹ ਪਰ ਕਿੰਨੇ ਦੂਰ ਹੈ ਇੱਥੇ 5 ਕਿਲੋਮੀਟਰ ਹੈ 5-6 ਕਿਲੋਮੀਟਰ ਅੱਛਾ ਇਹ ਤੱਗੜ ਕਲਾਂ ਤੱਗੜ ਕਲਾਂ ਠੀਕ ਹੈ ਇੱਥੇ ਪੀਰਾਂ ਦਰਬਾਰ ਇੱਕ ਤਾਂ ਇਹ ਹੋ ਗਿਆ ਰੋਡੇ ਸ਼ਾਹ ਦਾ ਹੋਰ ਕਿਹੜਾ ਹੈਗਾ ਇੱਕੋ ਪਰੇ ਬਾਹ ਬੋੜ ਸ਼ਾਹ ਬੋੜ ਸ਼ਾਹ ਹਾਂਜੀ ਇੱਕੋ ਪਰੇ ਹੈਗਾ ਜੇ ਨਾਲੋਂ ਪਾਰ ਇੱਕ ਤੇ ਬਾਬਾ ਕੋਟ ਅੱਛਾ ਮੱਖਣ ਸ਼ਾਹ ਇੱਧਰ ਹੈ ਮੱਖਣ ਸ਼ਾਹ ਮੌਲੀ ਮੌਲੀ ਮਿੰਦੀ ਹੈ ਠੀਕ ਹੈ ਤੇ ਇੱਧਰ ਕਿਹੜਾ ਜਿਹੜਾ ਜਹਦਪੁਰ ਦੇ ਨਾਲ ਹੈ ਜਹਦਪੁਰ ਦੇ ਨਾਲ ਜਹਦਪੁਰ ਦੇ ਸਾਹਮਣੇ ਅੰਦਰ ਦਰਿਆ ਵਾਲੇ ਪਾਸੇ ਇਹ ਉਹ ਬਾਬਾ ਬੁੱਧੂ ਸ਼ਾਹ ਬੁੱਧੂ ਸ਼ਾਹ ਹਾਂਜੀ ਚਿਮਟੇ ਵਾਲਾ ਕਹਿੰਦੇ ਹਨ ਹਾਂ ਬਾਬਾ ਬੁੱਧੂ ਸ਼ਾਹ ਜੀ ਰਸਤਾ ਕਿੱਥੇ ਜਾਂਦਾ ਉਧਰ ਨੂੰ ਉਹ ਤੋਂ ਜਾ ਜਹਦਪੁਰ ਨੂੰ ਹੂੰ ਜਹਦਪੁਰ ਰਸਤਾ ਤੇ ਡਰਾਈਵਰ ਕੰਡੇ ਕੰਡੇ ਗਿਆ ਜਹਦਪੁਰ ਵਾਲੇ ਦੱਸਿਆ ਇੱਧਰ ਜਾ ਕੇ ਲੱਗੇ ਜੀ ਜਹਦਪੁਰ ਨੇ ਦੱਸਿਆ ਵੀ ਇੱਧਰ ਨੂੰ ਜਾਓ ਤਗੜ ਤਗੜ ਥਾਣੀ ਇੱਧਰ ਰਸਤਾ ਪੱਕਾ ਹੈ ਉਹ ਜਾਣਾ ਇਹਨਾਂ ਨੇ ਉੱਧਰ ਹੀ ਪਾਕਾਂ ਵਾਲਾ ਨਹੀਂ ਜਿਹੜਾ ਬਾਬਾ ਬੁੱਧੂ ਸ਼ਾਹ ਜੀ ਉਹ ਜਗ੍ਹਾ ਤੁਹਾਨੂੰ ਉਹਦੇ ਲਾਗੇ ਬਾਗਾ ਤੁਹਾਨੂੰ ਦੇ ਸਾਹਮਣੇ ਹੈ ਅੱਛਾ ਜੀ ਸਾਡੇ ਤੇ ਬਾਬਾ ਕੋਟ ਹੈ ਤੇ ਜਾਂ ਬਾਬਾ ਰੁਕਸਾ ਜਗ੍ਹਾ ਹੈਗੀ ਹੈ ਠੀਕ ਹੈ ਠੀਕ ਹੈ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਪੰਚਾਇਤ ਵੱਲੋਂ ਬਣਾਇਆ ਕਮਿਊਨਿਟੀ ਹਾਲ ਹੈ ਜੀ ਠੀਕ ਹੈ ਅੱਛਾ ਇਹ ਪਿੰਡ ਦੀ ਪੰਚਾਇਤ ਵੱਲ ਬਣਾਇਆ ਅੱਛਾ ਦਾਰਾ ਸਿੰਘ ਸਾਰਾ ਸਮਾਨ ਰੱਖਿਆ ਜੀ ਅੱਛਾ ਜੀ ਠੀਕ ਹੈ ਇਹ ਓਪਨ ਹੈ ਜੀ
ਪਿੰਡ ਦੇ ਪਹਾੜ ਵਾਲੇ ਪਾਸੇ, ਪਿੰਡ ਦਾ ਪੁਰਾਣਾ ਖੂਹ, ਪਿੰਡ ਤਗੜ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ। ਇਹ ਦੇਖੋ ਜੀ, ਉਹੀ ਪੁਰਾਣੀ ਮੌਣ, ਉਹੀ ਪੁਰਾਣੀ ਇੱਟਾਂ ਲੱਗੀਆਂ ਹੋਈ ਮੌਣ 'ਤੇ ਲੱਗਿਆ ਹੋਇਆ ਨਲਕਾ, ਅੱਜ ਕੱਲ੍ਹ ਢੱਕਿਆ ਹੋਇਆ ਹੈ। ਵੰਡ ਤੋਂ ਬਾਅਦ ਲਗਭਗ 30-40 ਸਾਲ ਇੱਥੋਂ ਹੀ ਪਾਣੀ ਜਿਹੜਾ ਲੋਕ ਪੀਂਦੇ ਸਨ। ਅਤੇ ਪਿੰਡ ਦੇ ਬਿਲਕੁਲ ਲਹਿੰਦੇ ਵੱਲ ਦਰਿਆ ਵਗਦਾ ਹੋਇਆ ਹੈ ਬਿਆਸ, ਯਾਨੀ ਕਿ ਬਿਆਸ ਦਰਿਆ ਦੇ ਬਿਲਕੁਲ ਕੰਢੇ ਵਸਿਆ ਹੋਇਆ ਪਿੰਡ ਤਗੜ ਕਲਾਂ। ਆਓ ਤੁਹਾਨੂੰ ਵਿਖਾਉਂਦੀ ਹਾਂ ਦਰਿਆ ਬਿਆਸ ਦਾ ਕਿਨਾਰਾ। ਅਤੇ ਮੱਖਣ ਸ਼ਾਹ ਦਾ ਦਰਬਾਰ ਪਰੇ ਆ, ਨੇੜੇ ਹੋਣਾ ਫਿਰ। ਅੱਛਾ, ਅਤੇ ਦਰਿਆ ਦੇ ਕੰਢੇ ਬਿਲਕੁਲ ਕ੍ਰਿਕਟ ਚੱਲਦੀ ਹੈ ਜੀ, ਬੱਚੇ ਕ੍ਰਿਕਟ ਖੇਡਦੇ ਹਨ, ਵਾਹਣ 'ਚ ਵਾਹਣ 'ਚ ਫੁੱਟਬਾਲ 'ਚ ਖੇਡਦੇ ਹੁੰਦੇ ਸਨ, ਕਬੱਡੀ ਖੇਡਦੇ ਹੁੰਦੇ ਸਨ, ਅੱਜ ਕੱਲ੍ਹ ਚੱਲਦੀ ਹੈ ਕ੍ਰਿਕਟ ਵਾਹਣਾਂ ਵਿੱਚ। ਵਾਹ, ਦਰਿਆ ਬਿਆਸ ਹੈ। ਮੱਛੀ ਫੜਾਂਗੇ। ਅੱਛਾ, ਇਹ ਸਬਜ਼ੀ ਭਾਜੀ ਅੱਜ ਇੰਤਜ਼ਾਮ ਹੋ ਰਿਹਾ ਹੈ ਜੀ। ਚਲੋ, ਉਹ ਕੋਈ ਪ੍ਰੈਕਟਿਸ ਕਰ ਰਹੇ, ਕੋਈ ਮੈਚ ਲਾਇਆ ਹੋਇਆ? ਮੈਂ ਚਲਾਇਆ। ਕੌਣ ਜਾ ਰਿਹਾ ਅੱਗੇ? ਮੈਂ। ਅੱਛਾ,
ਕੰਮ ਕੱਚਾ ਹੀ ਤੁਹਾਡਾ, ਵਿਕਟਾਂ ਵੀ ਲੱਕੜੀ ਦੀਆਂ ਤੇ ਬਾਲ ਵੀ ਪਲਾਸਟਿਕ ਦੀ। ਅੱਛਾ ਅਤੇ ਪਿੰਡ ਦੇ ਲਹਿੰਦੇ ਵੱਲ ਪੁਰਾਣੀ ਮਸੀਤ ਦਾ ਕੁਛ ਬਚਿਆ ਹੋਇਆ ਪਾਠ। ਮਸੀਤ ਪੂਰੀ ਤਰ੍ਹਾਂ ਢਹਿ ਚੁੱਕੀ ਹੈ, ਬਸ ਇੱਕ ਦੀਵਾਰ ਔਰ ਬੁਰਜ ਬਚਿਆ ਹੋਇਆ। ਆਓ ਤੁਹਾਨੂੰ ਕਰਾਉਂਦੇ ਇਸ ਦੇ ਦਰਸ਼ਨ। ਤੁਸੀਂ ਵੇਖ ਰਹੇ ਹੋ ਪੁਰਾਣੀ ਮਸੀਤ, ਅਤੇ ਇਹ ਪੁਰਾਣੀ ਮਸੀਤ 'ਤੇ ਕੋਈ ਅੱਲਾ ਦਾ ਬੰਦਾ ਦੀਵਾ ਜਗਾ ਜਾਂਦਾ, ਦੀਵਾ ਜਗਾਉਣ ਵਾਸਤੇ ਬਣੀ ਹੋਈ ਜਗ੍ਹਾ। ਪੁਰਾਣੀਆਂ ਇੱਟਾਂ ਦੀ ਬਹੁਤ ਹੀ ਪੁਰਾਣੀ ਮਸੀਤ ਬਣੀ ਹੋਈ ਲੱਗਦੀ ਸੀ।
ਨਮਸਕਾਰ ਬਾਬਾ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਇਸੇ ਪਿੰਡ ਦੇ ਰਹਿਣ ਵਾਲੇ ਕਿ ਪਾਕਿਸਤਾਨ ਨੂੰ ਆਏ? ਹਾਂਜੀ, ਸਿਆਲਕੋਟੋਂ। ਕਿਹੜੇ ਪਿੰਡੋਂ? ਕਿਹੜੇ ਪਿੰਡੋਂ ਆਏ ਸਿਆਲਕੋਟੋਂ? ਪਿੰਡ ਢਾਲੀ ਵਾਲੀ। ਸੰਭਾਲ ਆ ਉੱਥੇ ਦੀ ਤੁਹਾਨੂੰ? ਨਹੀਂ ਨਹੀਂ, ਸਾਡੇ ਵੱਡੇ ਨੂੰ ਸੰਭਾਲੇ। ਅੱਛਾ, ਵੱਡਾ ਹੈਗਾ ਤੁਹਾਡਾ ਅਜੇ? ਨਹੀਂ ਨਹੀਂ, ਹੈ ਉੱਥੇ ਸ਼ਹਿਰ ਕੋਠੀ। ਅੱਛਾ, ਸ਼ਹਿਰ ਹੈ? ਸ਼ਹਿਰ ਰਹਿੰਦਾ। ਠੀਕ ਹੈ, ਠੀਕ ਹੈ। ਇੱਥੇ ਲਾਟ ਹੋਈ ਤੁਹਾਨੂੰ ਹੈ ਇਸ ਪਿੰਡ 'ਚ? ਕਿਹੜਾ ਪਿੰਡ? ਤਗੜਾ ਬਿਆਸ ਹੈ ਦਰਿਆ, ਤੁਸੀਂ ਕੰਢੇ ਰਹਿੰਦੇ ਹੋ ਦਰਿਆ ਦੇ? ਹੈ ਜੀ, ਵਾਹ। ਅੱਛਾ, ਇਹ ਸੀ ਹਲਟ ਵਾਲਾ ਖੂਹ ਹੈ ਜੀ, ਹਲਟ ਹੋਣਗੇ ਇੱਥੇ। ਸਤਿ ਸ਼੍ਰੀ ਅਕਾਲ, ਠੀਕ ਠਾਕ ਹੈ? ਇਹ ਹਲਟਾਂ ਵਾਲਾ ਖੂਹ ਸੀ? ਹਾਂ, ਟਿੰਡਾਂ ਵਾਲਾ ਖੂਹ। ਹਾਂ, ਅੱਛਾ, ਲਾਤਾ ਟੂਬਲ ਲਾਤਾ। ਅੱਛਾ, ਤੁਸੀਂ ਖੂਹ ਵਾਹੁੰਦੇ ਰਹੇ ਹੋ? ਵਾਹ, ਤੁਸੀਂ ਸਿਆਲਕੋਟ ਤੋਂ ਆਏ ਹੋ? ਹੈ ਢੱਲੇ ਵਾਲੀ, ਕਿਹੜੀ ਬਰਾਦਰੀ ਆਪਣੀ? ਜੱਟ। ਅੱਛਾ, ਤੁਰ ਜਦ ਜੱਟ। ਅੱਛਾ ਜੀ, ਵਾਹ ਜੀ ਵਾਹ। ਤੁਰ ਸਿਰੋਂ ਬੁਨੇ ਹੁੰਦੇ ਸਨ ਤੁਰ? ਹਾਂਜੀ ਹਾਂਜੀ। ਅੱਛਾ ਅੱਛਾ, ਠੀਕ ਹੈ। ਢੱਲੇ ਵਾਲੀ ਸਿਆਲਕੋਟ, ਸੰਭਾਲਾ ਕੁੜੀ ਉੱਥੇ ਦੀ? ਉਹ ਛੋਟਾ ਸੀ, ਛੋਟਾ, ਉਹਨੂੰ ਵੀ ਘੱਟ ਸੰਭਾਲ ਹੈ। ਠੀਕ ਹੈ, ਆਓ ਵਿਖਾਓ ਸਾਨੂੰ ਖੂਹ ਪੁਰਾਣਾ, ਕਿੱਥੇ ਕਿੱਥੇ ਇਹਦੀ ਵਗਦਾ ਸੀ, ਗਾਭੀ ਕਿੱਥੇ ਵਗਦੀ ਸੀ? ਉਹਦੇ ਨਾਲ ਰਤਨ ਹੈ, ਅਗਲਾ ਰਤਨ। ਅੱਛਾ, ਠੀਕ ਹੈ। ਅੱਛਾ, ਗਾਭੀ ਕਿੱਥੇ ਚੱਲਦੀ ਸੀ? ਗਾਭੀ ਇਹ ਖੂਹ। ਅੱਛਾ ਜੀ, ਇਹਦੇ ਵਿੱਚ ਟਿੰਡਾ ਫਿਰਦੀਆਂ। ਹਾਂ ਹਾਂ, ਉਹ ਫਿਰ ਦਿਵਾਲੇ ਉਹ ਚੂਲੀ ਚੱਕਰ ਆਉਂਦਾ। ਗਾਭੀ ਕਿੱਥੇ ਸੀ ਜਿਹੜੀ, ਜਿੱਥੇ ਬਾਲਦ ਘੁੰਮਦੇ ਸਨ? ਇੱਥੇ ਘੁੰਮਦੇ ਰਹੇ, ਇੱਥੇ ਹੈ ਨਾ, ਇਹ ਹੋਣੀ ਇੱਥੇ। ਅੱਛਾ, ਇੱਥੇ ਸੀ ਇਹ ਗਾਦੀ, ਹੈ? ਠੀਕ ਹੈ। ਤੇ ਆਹ ਸਾਰੀ ਜਿਹੜੀ ਹੈ ਵਾਈ, ਇਹ ਖੂਹ ਸਿਰ ਸੀ, ਖੂਹ ਦਾ ਪਾਣੀ ਲੱਗਦਾ ਸੀ। ਠੀਕ ਠੀਕ ਹੈ। ਇਹ ਖੂਹ ਮੁਸਲਮਾਨਾਂ ਦਾ ਸੀ? ਉਦੋਂ ਆ ਕੇ ਤੁਸੀਂ ਬਣਾਇਆ? ਪਹਿਲਾਂ ਨਹੀਂ ਸੀ ਜਦੋਂ ਪਾਕਿਸਤਾਨ ਨੂੰ ਆਏ? ਅੱਛਾ, ਮੁਸਲਮਾਨਾਂ ਦਾ ਨਹੀਂ ਆਏ? ਪਹਿਲੀ ਮੁਸਲਮਾਨਾਂ ਦੀ ਸੀ? ਪਹਿਲੀ ਮੁਸਲਮਾਨਾਂ, ਤੁਹਾਨੂੰ ਲਾਟ ਹੋਈ ਹੈ? ਠੀਕ, ਉਹਦੇ ਵਿੱਚ ਬਣਾਇਆ ਇਹ ਖੂਹ। ਚਲੋ ਠੀਕ ਹੈ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ, ਮਿਹਰਬਾਨੀ।
ਪਿੰਡ ਤਗੜ ਕਲਾਂ ਦਾ ਦੱਖਣ ਵਾਲੇ ਪਾਸਿਓਂ ਵਿਊ। ਛੋਟਾ ਹੀ ਪਿੰਡ ਹੈ ਤਗੜ ਕਲਾਂ, ਅਤੇ ਤਗੜ ਖੁਰਦ ਥੋੜ੍ਹਾ ਹਟਵਾਂ ਹੈ।